ਜਦ ਤੱਕ ਉਸ ਹਾਰ ਦੇ ਕਾਰਨਾਂ ਦੀ ਕੋਕ ਸਮੀਖਿਆ ਬੜੀ ਬੇਕਿਰਕ ਢੰਗ ਨਾਲ ਨਹੀਂ ਹੁੰਦੀ, ਦੋਸ਼ੀ ਨਹੀਂ ਟਿੱਕੇ ਜਾਂਦੇ, ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਜਾਂ ਉਹਨਾਂ ਨੂੰ ਪਨਿਸ਼ਮੈਂਟ ਨਹੀਂ ਮਿਲਦੀ ਹੈਗੀ ਹੈ, ਉਦੋਂ ਤੱਕ ਕਿਸੇ ਵੀ ਏਕਤਾ ਦੀ ਗੱਲ ਕਰਨੀ ਮੈਂ ਕਹਿੰਦਾ ਹਵਾ 'ਚ ਤੀਰ ਮਾਰਨ ਵਾਲੀ ਗੱਲ ਹੋਊਗੀ। ਜਿਹੜੀ ਕੇਂਦਰੀਵਾਦੀ ਸਿਆਸਤ, ਚਾਹੇ ਉਹ ਅਕਾਲੀ ਦਲ ਕਰੇ, ਅਕਾਲੀ ਭਾਜਪਾ ਕਰਨ, ਚਾਹੇ ਕਾਂਗਰਸ ਕਰੇ, ਚਾਹੇ ਆਮ ਆਦਮੀ ਪਾਰਟੀ ਕਰੇ, ਸਾਨੂੰ ਕਿਤੇ ਹੀ ਮਨਜ਼ੂਰ ਨਹੀਂ। ਇੱਕ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਉੱਠੀ ਸੀਗੀ, ਲੋਕ ਦੋਹਾਂ ਧਿਰਾਂ ਤੋਂ ਤੰਗ ਸੀਗੇ ਅਤੇ ਲੋਕਾਂ ਨੇ ਮਨ ਬਣਾ ਲਿਆ ਸੀ ਵੀ ਅਸੀਂ ਪੰਜਾਬ ਦੇ ਵਿੱਚ ਇੱਕ ਬਦਲ ਲਿਆਉਣਾ। ਉਹ ਬਦਲ ਮਾਰ ਦਿੱਤਾ ਇਹਨਾਂ ਨੇ, ਕਿਹਦੀ ਗਲਤੀ ਨਾਲ ਮਰਿਆ ਉਹ ਦੱਸਣ। ਆਮ ਆਦਮੀ ਪਾਰਟੀ ਹੁਣ ਵੱਖਰੇ ਹੋਏ ਆਪਣੇ ਉਹਨਾਂ ਆਗੂਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਕਿ ਪਾਰਟੀ ਤੋਂ ਨਾਰਾਜ਼ ਹੋ ਗਏ ਸੀ। ਸਾਡੇ ਨਾਲ ਇਸ ਸਮੇਂ ਹੈਗੇ ਹੈ ਸੁੱਚਾ ਸਿੰਘ ਛੋਟੇਪੁਰ ਜੀ ਅਤੇ ਸਾਂਸਦ ਧਰਮਵੀਰ ਗਾਂਧੀ। ਦੋਨਾਂ ਤੋਂ ਪੁੱਛਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹੁਣ ਸੋਚ ਹੈ ਜਿਸ ਦੇ ਉੱਤੇ ਚੱਲ ਰਹੀ ਹੈ ਉਸ 'ਤੇ ਕੀ ਕਹਿਣਾ। ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਗਾਂਧੀ ਸਾਹਿਬ, ਜਿਸ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਆਪਣੇ ਜਿਹੜੇ ਵਿਛੜੇ ਹੋਏ ਆਗੂ ਹੈ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ, ਤੁਹਾਡੇ ਨਾਲ ਵੀ ਗੱਲਬਾਤ ਕੀਤੀ ਗਈ ਹੈ, ਸੰਪਰਕ ਕੀਤਾ ਗਿਆ ਹੈ, ਤੁਹਾਡਾ ਕੀ ਰੁਖ ਹੈ ਹੁਣ? ਦੇਖੋ, ਰੁਖ ਤਾਂ ਇਹ ਹੈ ਕਿ 15 ਤੋਂ ਲੈ ਕੇ ਜਾਂ 14 ਤੋਂ ਲੈ ਕੇ 17 ਦੇ ਵਿਚਕਾਰ ਉਹ ਪਾਰਟੀ ਜਿਹੜੀ ਕਿ ਹੌਲੀ 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 ਛੋਟੇਪੁਰ ਦੀ ਅਗਵਾਈ ਵਿੱਚ ਇੰਨੀ ਤਕੜਿਆਈ ਫੜ ਗਈ ਸੀ ਕਿ ਮਾਘੀ ਦੇ ਮੇਲੇ 16 ਵਿੱਚ ਐਂ ਲੱਗਦਾ ਸੀ ਕਿ ਪੰਜਾਬ ਵਿੱਚ ਘੱਟੋ ਘੱਟ 90 ਸੀਟਾਂ ਜਾਂ ਇੱਕ ਸਪਸ਼ਟ ਬਹੁਮਤ ਵਾਲੀ ਸਰਕਾਰ ਬਣ ਜਾ ਰਹੀ ਹੈਗੀ। ਉਹ ਪਾਰਟੀ ਕਿਹਨਾਂ ਕਾਰਨਾਂ ਕਰਕੇ ਸੁੰਗੜ ਕੇ 20 ਸੀਟਾਂ 'ਤੇ ਆਈ, ਕਿਹਨਾਂ ਕਾਰਨਾਂ ਕਰਕੇ ਉਹ ਪਾਰਟੀ ਦਾ ਮਤਲਬ ਜਿਹੜਾ ਗ੍ਰਾਫ ਹੈ ਇੰਨੀ ਤੇਜ਼ੀ ਨਾਲ ਗਿਰਿਆ ਕਿ ਪੰਜਾਬ ਦੇ ਲੋਕਾਂ ਦੇ ਮੂੰਹੋਂ ਲੱਥ ਗਈ ਔਰ ਪੰਜਾਬ ਨੂੰ ਮਜਬੂਰੀ ਬਸ ਅੱਕ ਚੱਬਣਾ ਪਿਆ, ਕਾਂਗਰਸ ਨੂੰ ਵਾਪਸ ਲੈਣਾ ਪਿਆ। ਜਦ ਤੱਕ ਉਹਨਾਂ ਕਾਰਨਾਂ ਦੀ, ਜਿਨ੍ਹਾਂ 'ਚ ਬਹੁਤ ਕਾਰਨ ਸ਼ਾਮਿਲ ਨੇ, ਮੇਰਾ ਨਿਕਲਣਾ, ਛੋਟੇ ਸਾਹਿਬ ਦਾ ਨਿਕਲਣਾ, ਹੋਰ ਡਾਕਟਰ ਦਲਜੀਤ ਸਿੰਘ ਦਾ ਨਿਕਲਣਾ, ਹੋਰ ਹਜ਼ਾਰਾਂ ਵਲੰਟੀਅਰ ਦਾ ਨਿਰਉਤਸ਼ਾਹਿਤ ਹੋ ਕੇ ਘਰ ਬਹਿਣਾ, ਅਤੇ ਸੈਂਟਰ ਵੱਲੋਂ ਪੰਜਾਬ ਦਾ ਜੋ ਸਿਆਸੀ ਲੀਡਰਸ਼ਿਪ ਹੈ ਉਹਨੂੰ ਕੰਟਰੋਲ ਨਾ ਦੇਣਾ, ਔਰ ਜਿਹੜੀ ਪੰਜਾਬ ਦੀ ਸਿਆਸੀ ਵਸਾਤ ਪਛਾਣ ਦਾ ਅਧਿਕਾਰ ਹੈ ਉਹ 'ਤੇ ਛੱਪਾ ਮਾਰਨਾ, ਜਿਹੜਾ ਸਾਰੇ ਹਾਰ ਦਾ ਕਾਰਨ ਬਣਿਆ। ਜਦ ਤੱਕ ਉਸ ਹਾਰ ਦੇ ਕਾਰਨਾਂ ਦੀ ਕੋਕ ਸਮੀਖਿਆ ਬੜੀ ਬੇਕਿਰਕ ਢੰਗ ਨਾਲ ਨਹੀਂ ਹੁੰਦੀ, ਦੋਸ਼ੀ ਨਹੀਂ ਟਿੱਕੇ ਜਾਂਦੇ, ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਜਾਂ ਉਹਨਾਂ ਨੂੰ ਪਨਿਸ਼ਮੈਂਟ ਨਹੀਂ ਮਿਲਦੀ ਹੈਗੀ ਹੈ, ਉਦੋਂ ਤੱਕ ਕਿਸੇ ਵੀ ਏਕਤਾ ਦੀ ਗੱਲ ਕਰਨੀ ਮੈਂ ਕਹਿੰਦਾ ਹਵਾ 'ਚ ਤੀਰ ਮਾਰਨ ਵਾਲੀ ਗੱਲ ਹੋਊਗੀ। ਪਰ ਗਾਂਧੀ ਸਾਹਿਬ, ਜਿਸ ਤਰੀਕੇ ਦੇ ਹੁਣ ਹਾਲਾਤ ਬਣੇ ਨੇ, ਕੱਲ੍ਹ ਭਗਵੰਤ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਛੋਟੇਪੁਰ ਸਾਹਿਬ ਦਾ ਵੀ ਨਾਮ ਲਿੱਤਾ, ਤੁਹਾਡਾ ਵੀ ਨਾਮ ਲਿੱਤਾ, ਅਤੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਜਿਹੜਾ ਪਹਿਲਾਂ ਹੁਣ ਸੰਜੇ ਸਿੰਘ ਨੇ ਕੀਤਾ ਸੀ, ਉਸ ਤੋਂ ਬਾਅਦ ਕਦੀ ਸੰਪਰਕ? ਨਹੀਂ, ਬਿਲਕੁਲ ਨਹੀਂ, ਮੇਰਾ ਉਹਨਾਂ ਨੇ ਸੰਪਰਕ ਕੀਤਾ ਸੀ, ਅਸੀਂ ਉਹਨੂੰ ਕਿਹਾ ਕਿ ਅਸੀਂ ਹੁਣ 14 'ਤੇ ਨਹੀਂ ਖੜੇ ਨਾ 17 'ਤੇ ਖੜੇ ਹਾਂ, ਅਸੀਂ ਬੰਦਾ ਪੋਲੀਟੀਕਲੀ ਟਰੈਵਲ ਕਰਦਾ ਹੈਗਾ, ਅਸੀਂ ਪੰਜਾਬ ਦੀ ਖੁਦਮੁਖਤਿਆਰੀ 'ਤੇ ਹੈਗੇ ਹਾਂ, ਅਸੀਂ ਪੰਜਾਬ ਅਧਾਰਤ ਖੇਤਰੀ ਪਾਰਟੀ ਜਿਹਨੂੰ ਪੰਜਾਬ ਜਿਸ ਜਿਹੜੇ ਬਾਦਲ ਦਲ ਅਕਾਲੀ ਦਲ ਪੰਜਾਬ ਨੂੰ ਵਿਦਾਵਾ ਲੈ ਗਿਆ, ਪੰਜਾਬ ਦੇ ਹਿੱਤਾਂ ਨੂੰ ਪੂਰੀ ਤਲਾਂਜਲੀ ਦੇ ਗਿਆ ਹੈਗਾ ਔਰ ਪੰਜਾਬ ਅੱਜ ਲਵਾਰਸ ਹੋ ਗਿਆ ਹੈਗਾ, ਅੱਜ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਜਿਹੜੀ ਇੰਡੀਅਨ ਯੂਨੀਅਨ ਵਿੱਚ ਖੁਦ ਮੁਖਤਿਆਰੀ ਦੀ ਮੰਗ ਕਰੇ ਔਰ ਪੰਜਾਬ ਦੀਆਂ ਸਾਰੀਆਂ ਪਾਣੀਆਂ ਤੋਂ ਲੈ ਕੇ ਭਾਸ਼ਾ ਤੋਂ ਲੈ ਕੇ ਜਿਹੜੇ ਵਣ ਬਿਜਲੀ ਪ੍ਰੋਜੈਕਟਾਂ ਤੋਂ ਲੈ ਕੇ ਸਾਰੇ ਜਿਹੜੇ ਪੰਜਾਬ ਦੇ ਹੱਕ ਹੈ ਉਹਨਾਂ ਵਾਸਤੇ ਆਵਾਜ਼ ਬੁਲੰਦ ਕਰੇ। ਉਹ ਰੋਲ ਜਿਹੜਾ ਖੇਤਰੀ ਪਾਰਟੀ ਨੂੰ ਕਰਨਾ ਚਾਹੀਦਾ ਉਹ ਰੋਲ ਡਟ ਕੇ ਕਰੇ ਔਰ ਪੰਜਾਬ ਦੇ ਲੋਕਾਂ ਨੂੰ ਸਹੀ ਦਿਸ਼ਾ ਵਿੱਚ ਜਿਹੜੀ ਸਿਆਸਤ ਹੈ ਉਸ ਪਾਸੇ ਲੈ ਕੇ ਜਾਵੇ, ਕਿਉਂਕਿ ਜਿਹੜਾ 70 ਸਾਲ ਦਾ ਸਿਆਸੀ ਫਰੇਮਵਰਕ ਹੈਗਾ, ਸਿਆਸੀ ਅਰੇਂਜਮੈਂਟ ਹੈਗੀ ਹੈ, ਉਹਨੂੰ ਚੈਲੰਜ ਕੀਤੇ ਬਗੈਰ, ਉਹਨੂੰ ਚੁਣੌਤੀ ਦਿੱਤੇ ਬਗੈਰ, ਉਹਨੂੰ ਬਦਲਿਓ ਬਗੈਰ, ਜਿਹੜਾ ਪੰਜਾਬ ਦਾ ਚਤਰਫਾ ਸੰਕਟ ਹੈ, ਸਰਵਵਿਆਪੀ ਸੰਕਟ ਹੈ, ਵਿੱਦਿਆ ਦਾ, ਸਿਹਤ ਦਾ, ਰੁਜ਼ਗਾਰ ਦਾ, ਕਿਸਾਨੀ ਦਾ, ਵਾਤਾਵਰਣ ਦਾ, ਇਸ ਦਾ ਕੋਈ ਹੱਲ ਨਹੀਂ ਹੈਗਾ, ਕਿਉਂਕਿ 3,50,000 ਕਰੋੜ ਦਾ ਕਰਜ਼ਾਈ ਪੰਜਾਬ ਨਾ ਅੱਜ ਵਿੱਦਿਆ ਦੇ ਸਕਦਾ, ਨਾ ਰੁਜ਼ਗਾਰ ਦੇ ਸਕਦਾ, ਨਾ ਸਿਹਤ ਦੇ ਸਕਦਾ, ਨਾ ਉਹ ਕਿਸਾਨੀ ਸੰਕਟ ਹੱਲ ਕਰ ਸਕਦਾ, ਨਾ ਉਹ ਵਾਤਾਵਰਣ ਹੱਲ ਕਰ ਸਕਦਾ, ਉਹ ਕੁਛ ਵੀ ਕੋਈ ਲੋਕਾਂ ਨੂੰ ਕੋਈ ਰਾਹਤ ਦੇਣ ਦੇ ਕਾਬਲ ਨਹੀਂ ਰਿਹਾ, ਕਿਉਂਕਿ ਕੇਂਦਰ ਸਰਕਾਰ ਨੇ ਸਾਰੀਆਂ ਆਰਥਿਕ ਸ਼ਕਤੀਆਂ ਵੀ ਔਰ ਸਿਆਸੀ ਤਾਕਤਾਂ ਵੀ ਆਪਣੇ ਕੋਲ ਇੰਨੀ ਤਕੜਿਆਈ ਨਾਲ ਇਕੱਠੀਆਂ ਕਰ ਲਈਆਂ ਕਿ ਅੱਜ ਰਾਜਾਂ ਦੀ ਖੁਦ ਮੁਖਤਿਆਰੀ ਔਰ ਰਾਜਾਂ ਦੇ ਅਧਿਕਾਰ ਮੁੜ ਕੇ ਇੱਕ ਵਾਰ ਟੇਬਲ 'ਤੇ ਲਿਆ ਕੇ ਡਿਸਕਸ ਕਰਨ ਦੀ ਲੋੜ ਹੈ ਕਿ ਸਾਨੂੰ ਭਾਰਤੀ ਸੰਘ ਦੇ ਅੰਦਰ ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਅਸੀਂ ਆਪਣਾ ਪੰਜਾਬ ਆਪ ਮੈਨੇਜ ਕਰਨਾ ਚਾਹੁੰਦੇ ਹਾਂ, ਅਸੀਂ ਆਪਣਾ ਪੰਜਾਬ ਆਪ ਚਲਾ ਬਿਹਤਰ ਚਲਾਵਾਂਗੇ, ਅਸੀਂ ਸਾਨੂੰ ਹੱਕ ਦਿਓ, ਸਾਡੇ ਅਧਿਕਾਰ ਦਿਓ, ਸਾਡੇ ਸਾਧਨ ਦਿਓ, ਅਸੀਂ ਜੋ ਸਾਡੀ 70 ਸਾਲ ਤੋਂ ਲੁੱਟ ਕੀਤੀ ਹੈ, 70 ਸਾਲ ਤੋਂ ਜੋ ਪੰਜਾਬ ਨੂੰ ਲੁੱਟਿਆ, ਕੁੱਟਿਆ, ਚੱਟਿਆ, ਚੁੰਡਿਆ ਗਿਆ ਕਾਂਗਰਸ ਸੈਂਟਰ ਵੱਲੋਂ ਵੀ ਔਰ ਜਿਹੜੇ ਪੰਜਾਬ ਦੋ ਸਰ ਕਰਦਾ ਰਾਜ ਕਰਦਾ ਪਾਰਟੀਆਂ ਸੀਗੀਆਂ, ਕਾਂਗਰਸ ਅਤੇ ਅਕਾਲੀ ਦਲ ਵੱਲੋਂ, ਭਾਜਪਾ ਵੱਲੋਂ, ਉਹਦਾ ਨਤੀਜਾ ਕਿ ਅੱਜ ਪੰਜਾਬ ਹਰ ਪਾਸੇ ਸੰਕਟ 'ਚ ਹੈ, ਪੰਜਾਬ ਹਿਜਰਤ ਕਰ ਰਿਹਾ, ਪੰਜਾਬ ਪਾਣੀ ਪੰਜਾਬ ਰੇਗਿਸਤਾਨ ਬਣ ਜਾ ਰਿਹਾ ਹੈਗਾ ਹੈ, ਪੰਜਾਬ ਖੁਦਕੁਸ਼ੀਆਂ ਕਰਦਾ ਪੰਜਾਬ ਹੈਗਾ, ਨਸ਼ਾ ਨਾ ਮਰਦਾ ਪੰਜਾਬ ਹੈਗਾ, ਇਹ ਕੋਈ ਅਚਨਚੇਤ ਨਹੀਂ ਵਾਪਰਿਆ, ਇਹ 70 ਸਾਲ ਦੀ ਕੇਂਦਰੀ ਸਿਆਸਤ ਜਿਹੜੀ ਸਿਆਸੀ ਕੇਂਦਰਵਾਦੀ ਸਿਆਸਤ ਸੀਗੀ ਉਹਦੇ
ਉਹਦੇ ਜੋ ਪੰਜਾਬ ਦੇ ਹਿੱਤਾਂ ਨਾਲ ਜੋ ਉਹਨੇ ਧੋਖਾ ਕੀਤਾ, ਮਕਾਰੀ ਕੀਤੀ ਹੈਗੀ, ਸਾਜ਼ਿਸ਼ ਕੀਤੀ ਹੈਗੀ, ਉਹਦਾ ਨਤੀਜਾ ਹੈਗਾ ਅਤੇ ਸਾਡੀ ਸਥਾਨਕ ਪਾਰਟੀਆਂ ਦੀ ਜੋ ਪੰਜਾਬ ਦੀ ਲੁੱਟਣ ਕੁੱਟਣ ਚੱਟਣ ਚੁੰਡ ਦੀ ਨੀਤੀ ਸੀਗੀ ਉਹਦਾ ਨਤੀਜਾ ਹੈਗਾ। ਉਹ ਸਮੁੱਚੇ ਚੌਕਟੇ ਨੂੰ ਚੈਲੇਂਜ ਕੀਤਿਓ ਬਗੈਰ ਅੱਜ ਕੋਈ ਜਿਹੜੀ ਕੇਂਦਰੀਵਾਦੀ ਸਿਆਸਤ, ਚਾਹੇ ਉਹ ਅਕਾਲੀ ਦਲ ਕਰੇ, ਅਕਾਲੀ ਭਾਜਪਾ ਕਰਨ, ਚਾਹੇ ਕਾਂਗਰਸ ਕਰੇ, ਚਾਹੇ ਆਮ ਆਦਮੀ ਪਾਰਟੀ ਕਰੇ, ਸਾਨੂੰ ਕਤਈ ਮਨਜ਼ੂਰ ਨਹੀਂ। ਸਾਨੂੰ ਪੰਜਾਬ ਦੀ ਸਿਆਸਤ, ਪੰਜਾਬ ਦੀ ਖੁਦਮੁਖਤਿਆਰੀ, ਪੰਜਾਬੀ ਦੀ ਖੇਤਰੀ ਪਾਰਟੀ ਦੀ ਲੋੜ ਹੈਗੀ, ਜਿਹੜੀ ਡਟ ਕੇ ਜਿਵੇਂ ਆਂਧਰਾ ਹੈਗਾ ਜਾਂ ਤਮਿਲਨਾਡੂ ਹੈਗਾ ਹੈ ਜਾਂ ਦੂਜੇ ਬੰਗਾਲ ਹੈਗਾ ਹੈ, ਆਪਣੇ ਹੱਕਾਂ ਵਾਸਤੇ ਡਟਦੇ ਨੇ, ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ। ਛੋਟੀ ਮੋਟੀ ਸਾਹਿਬ, ਤੁਹਾਡਾ ਕੀ ਰੁੱਖ ਰਹੇਗਾ? ਕਿਉਂਕਿ ਤੁਹਾਡੇ ਲਈ ਵੀ ਭਗਵੰਤ ਮਾਨ ਦਾ ਹੁਣ ਜਿਹੜਾ ਰੁੱਖ ਅਸੀਂ ਪਹਿਲਾਂ ਦੇਖ ਰਹੇ ਸੀ, ਹੁਣ ਕਾਫੀ ਨਰਮ ਹੋਇਆ, ਨਾ ਸਿਰਫ ਭਗਵੰਤ ਮਾਨ ਦਾ ਬਲਕਿ ਹੋਰ ਜਿਹੜੇ ਨੇ ਪਾਰਟੀ ਦੇ ਆਗੂ ਹੈ, ਤੁਹਾਡਾ ਹੁਣ ਕੀ ਰੁੱਖ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਹੋਣ ਜਾਓਗੇ, ਹੋਣ ਜਾ ਰਹੇ ਹੋ? ਜਾਂ ਇਸ 'ਤੇ ਸਵਾਲ ਹੈ ਕਾਫੀ ਵੱਡਾ, ਕੀ ਗੱਲਾਂ ਗਾਂਧੀ ਜੀ ਨੇ ਕੀਤੀਆਂ ਨੇ? ਜਦੋਂ ਗਾਂਧੀ ਜੀ ਨੂੰ ਮਿਲਿਆ ਉਦੋਂ ਹੀ ਉਹ ਮੈਨੂੰ ਮਿਲੇ ਆ, ਉਹਦੇ ਤੋਂ ਬਾਅਦ ਸੈਂਟਰ ਲੀਡਰਸ਼ਿਪ ਦਾ ਇਹਨਾਂ ਦਾ ਕੋਈ ਬੰਦਾ ਮੈਨੂੰ ਮਿਲਿਆ ਨਹੀਂ ਗਾ। ਦੂਜੇ ਬੰਦੇ MLA ਆਉਂਦੇ ਰਹੇ, ਉਹ ਮੈਨੂੰ ਮਿਲਦੇ ਰਹੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਗੱਲ ਕੀਤੀ ਆ ਵੀ ਸਭ ਤੋਂ ਪਹਿਲਾਂ ਤਾਂ ਆਪਣੀ ਗਲਤੀ ਦਾ ਅਹਿਸਾਸ ਕਰਨ, ਜਿਹੜਾ ਗਾਂਧੀ ਜੀ ਨੇ ਦੱਸਿਆ ਵੀ ਰਿਸਪੋਂਸੀਬਿਲਟੀ ਫਿਕਸ ਕਰਨ ਵੀ ਇਹ ਵਾਤਾਵਰਨ ਕਿਸ ਬੰਦੇ ਨੇ ਬਣਾਇਆ ਸੀ। ਇੱਕ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਉੱਠੀ ਸੀਗੀ, ਲੋਕ ਦੋਵਾਂ ਧਿਰਾਂ ਤੋਂ ਤੰਗ ਸੀਗੇ ਅਤੇ ਲੋਕਾਂ ਨੇ ਮਨ ਬਣਾ ਲਿਆ ਸੀ ਵੀ ਅਸੀਂ ਪੰਜਾਬ ਦੇ ਵਿੱਚ ਇੱਕ ਬਦਲ ਲਿਆਉਣਾ। ਉਹ ਬਦਲ ਮਾਰ ਦਿੱਤਾ ਇਹਨਾਂ ਨੇ, ਕਿਹਦੀ ਗਲਤੀ ਨਾਲ ਮਰਿਆ ਉਹ ਦੱਸਣ, ਉਹ ਆਪਣੀ ਗਲਤੀ ਐਡਮਿਟ ਕਰਨ। ਦੂਜਾ ਉਹਦੇ ਤੋਂ ਬਾਅਦ ਹੈ ਵੀ ਸਟੇਟਾਂ ਨੂੰ ਵੱਧ ਅਧਿਕਾਰ ਦੇਣ। ਹਰ ਕੱਲ੍ਹ ਜਿਹੜਾ ਨੈਸ਼ਨਲ ਪਾਰਟੀ ਦਾ ਜਿੰਨਾ ਰੋਲ ਹੁੰਦਾ ਉਹਦੇ ਤੋਂ ਵੱਧ ਰੋਲ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਪੰਜਾਬ ਦਾ ਹਮੇਸ਼ਾ ਦਿੱਲੀ ਨਾਲ ਟਕਰਾ ਰਿਹਾ ਵਾ। ਇਹ ਦਿੱਲੀ ਤੋਂ ਸਾਰੀ ਟੀਮ ਭੇਜ ਦੇਣਗੇ ਤਾਂ ਪੰਜਾਬ ਦੇ ਵਿੱਚ, ਇਹਦਾ ਮਤਲਬ ਹੈ ਪੰਜਾਬ ਦੇ ਵਿੱਚ ਬ੍ਰੇਨ ਹੈ ਨਹੀਂ, ਪੰਜਾਬ ਦੇ ਵਿੱਚ ਇੰਟੈਲੀਜੈਂਟ ਬੰਦੇ ਹੈ ਨਹੀਂ, ਮਿਹਨਤੀ ਬੰਦੇ ਹੈ ਨਹੀਂਗੇ। ਇਹ ਸਾਰੀਆਂ ਗੱਲਾਂ ਮੈਂ ਉਹਨਾਂ ਤੱਕ ਕਨਵੇ ਕੀਤੀਆਂ ਸੀਗੀਆਂ, ਉਹਦੇ ਬਾਅਦ ਮੇਰੇ ਕੋਲ ਕੋਈ ਆਇਆ ਨਹੀਂ, ਨਾ ਮੇਰੇ ਕੋਲ ਗੱਲ ਉਹਨਾਂ ਨਾਲ ਅੱਗੇ ਵਧੀ। ਕੱਲ੍ਹ ਜਿਸ ਤਰੀਕੇ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਈ ਹੈ ਇਹਨਾਂ ਦੀ, ਕੱਲ੍ਹ ਖਹਿਰਾ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਨਾਲ ਵੀ ਮੀਟਿੰਗ ਹੋਈ ਹੈ। ਤੁਹਾਡੇ ਲਈ ਵੀ ਕਿਹਾ ਹੈ ਕਿ ਭਗਵੰਤ ਮਾਨ ਨੇ ਕਿ ਅਸੀਂ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੀ ਸਿੱਧੇ ਤੌਰ 'ਤੇ ਭਗਵੰਤ ਮਾਨ ਨੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ? ਨਹੀਂ, ਮੇਰੇ ਨਾਲ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ। ਬਾਕੀ ਖਹਿਰਾ ਸਾਹਿਬ ਤੋਂ ਉਹ ਤਾਂ ਸਾਰੇ ਇੱਕ ਪਾਰਟੀ ਸੀ, ਇੱਕ ਪਾਰਟੀ ਦੇ ਸਿੰਬਲ 'ਤੇ ਲੜੇ ਆ, ਇਲੈਕਸ਼ਨ ਲੜੀ ਆ, ਉਹ ਤਾਂ ਸਾਰੇ ਇਕੱਠੇ ਆ, ਉਹ ਤਾਂ ਇਕੱਠੇ ਹੋ ਵੀ ਸਕਦੇ ਆ, ਪਰ ਜਿਹੜੀ ਸਾਡੀ ਸੀ ਅਸੀਂ ਤਾਂ ਕਿਸੇ ਅਸੂਲ ਦਿਖਦਾ ਰਿਹਾ ਨਹੀਂ ਜੀ, ਜ਼ਮੀਨ ਤੱਕ ਹੋ ਸਕਦਾ ਉਹ ਇਕੱਠੇ, ਉਹ ਇਕੱਠੇ ਕੱਲ੍ਹ ਮਿਲੇ ਵੀ ਹੈ ਨਾ, ਸੰਧੂ ਸਾਹਿਬ ਉਹਨਾਂ ਨੂੰ ਮਿਲੇ ਆ, ਮੀਟਿੰਗ 'ਚ ਇਕੱਠੇ ਹੋਏ ਆ। ਮੇਰੇ ਨਾਲ ਤਾਂ ਕੋਈ ਗੱਲ ਹੋਈ ਨਹੀਂ, ਕਿਉਂਕਿ ਮੈਂ ਤਾਂ ਉਹਨਾਂ ਦੀ ਪਾਰਟੀ ਦਾ ਹਾਲੀ ਹਿੱਸਾ ਨਹੀਂ, ਉਹ ਤਾਂ ਉਹਨਾਂ ਦੀ ਪਾਰਟੀ ਦਾ ਸਟਿਲ ਕਹਿ ਰਿਹਾ ਵੀ ਹਿੱਸਾ ਵਾ ਸੀ, ਇਸ ਕਰਕੇ ਆਪਣੇ ਨਾਲ ਕੋਈ ਗੱਲ ਨਹੀਂ ਅਸੀਂ। ਤੁਸੀਂ ਕਿਹੜੀ ਸ਼ਰਤ 'ਤੇ ਤੁਸੀਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ? ਅਸੀਂ ਜਿਹੜੀਆਂ ਗੱਲਾਂ ਤੁਹਾਨੂੰ ਗਾਂਧੀ ਜੀ ਨੇ ਦੱਸੀਆਂ ਲਗਭਗ ਉਹੀ ਨੇ ਕਿ ਰਿਸਪੋਂਸੀਬਿਲਟੀ ਫਿਕਸ ਕਰਨ, ਉਹ ਜਿਹਦੀ ਗਲਤੀ ਆ ਗਲਤੀ ਦਾ ਅਹਿਸਾਸ ਕਰੇ, ਪੰਜਾਬ ਨੂੰ ਫਰੀ ਹੈਂਡ ਦੇਣ, ਉਹਦੇ ਤੋਂ ਅੱਗੇ ਗੱਲ ਕਰੂਗੀ। ਛੋਟੀਪੁਰ ਜੀ, ਲੇਕਿਨ ਜਿਹੜੀ ਹਮੇਸ਼ਾ ਸਵਾਲ ਉੱਠੇ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਕੀਤੀ, ਜਿਵੇਂ ਹੁਣ ਗਾਂਧੀ ਜੀ ਨੇ ਵੀ ਕੀਤੀ, ਲੇਕਿਨ ਖੁਦ ਮੁਖਤਿਆਰੀ ਕਦੀ ਮਿਲੀ ਨਹੀਂ ਹੈ। ਖੁਦ ਮੁਖਤਿਆਰੀ ਤਾਂ ਅਕਾਲੀ ਦਲ ਆਨੰਦਪੁਰ ਦਾ ਮਤਾ ਕਦੋਂ ਦਾ ਲਾ ਰਿਹਾ ਸੀ, ਉਹ ਸੈਂਟਰ ਨਾਲ ਸੰਬੰਧਿਤ ਆ। ਇਹ ਵਿਧਨ ਪਾਰਟੀ ਖੁਦ ਮੁਖਤਿਆਰੀ ਦੀ ਗੱਲ ਕਰ ਰਿਹਾ, ਵਿਧਨ ਪਾਰਟੀ ਖੁਦ ਮੁਖਤਿਆਰੀ ਹੋਣੀ ਚਾਹੀਦੀ, ਜਿਸ ਤਰ੍ਹਾਂ ਬਾਕੀ ਨੈਸ਼ਨਲ ਪਾਰਟੀਆਂ ਦਾ ਇੱਕ ਇੱਕ ਅਬਜ਼ਰਵਰ ਆ, ਇਹਨਾਂ ਦਾ ਵੀ ਇੱਕ ਅਬਜ਼ਰਵਰ ਹੋ ਜਾਏ। ਜਿਹੜੀ 50-60 ਬੰਦਿਆਂ ਦੀ ਟੀਮ ਉੱਥੇ ਹੁੰਦੀ ਹੈ, ਹਰ ਗੱਲ 'ਚ ਦਖਲ ਦਿੰਦੇ ਆ, ਉਹ ਨਹੀਂ ਹੋਣਾ ਚਾਹੀਦਾ, ਜਿਸ ਤਰ੍ਹਾਂ ਬਾਕੀ ਨੈਸ਼ਨਲ ਪਾਰਟੀਆਂ ਦਾ, ਮੇਰਾ ਤਾਂ ਉੱਥੋਂ ਤੱਕ ਆ। ਪਰ ਹੁਣ ਜਿਹੜੀ ਇੱਕ ਕੋਰ ਕਮੇਟੀ ਬਣਾਈ ਹੈ, ਪ੍ਰਿੰਸੀਪਲ ਬੁੱਧ ਰਾਮ ਨੂੰ ਉਹਦਾ ਉਹ ਬਣਾਇਆ ਗਿਆ, ਚੇਅਰਮੈਨ ਬਣਾਇਆ ਗਿਆ, ਉਹਦੇ 'ਚ ਇਹੀ ਕਿਹਾ ਗਿਆ ਸੀਗਾ ਕਿ ਹੁਣ ਪੰਜਾਬ ਹੀ ਸਾਰਾ ਫੈਸਲਾ ਕਰੇਗਾ, ਖੁਦ ਲਏਗਾ ਫੈਸਲੇ, ਲੇਕਿਨ ਹਲੇ ਦਿਖ ਨਹੀਂ ਰਿਹਾ ਕਿ ਇਹ ਆਉਣ ਵਾਲੇ ਦਿਨਾਂ 'ਚ ਗੱਲਾਂ ਹੋਣਗੀਆਂ ਨਾ, ਜਦੋਂ ਸਾਰਾ ਕੁਝ ਕਲੀਅਰ ਹੋਊਗਾ। ਹਾਂਜੀ, ਕਹਿੰਦੇ ਕੁਛ ਹੁੰਦੇ ਆ, ਕਰਦੇ ਕੁਛ ਹੁੰਦੇ ਆ, ਜਦ ਤੱਕ ਸਾਰੀਆਂ ਗੱਲਾਂ ਕਲੀਅਰ ਨਹੀਂ ਹੁੰਦੀਆਂ ਤਦ ਤੱਕ ਨਾ ਤਾਂ ਆਪਾਂ ਕੋਈ ਗੱਲ ਅੱਗੇ ਤੁਰਦੀ ਆ, ਨਾ ਮੇਰੇ ਤੱਕ ਕੋਈ ਆਇਆ। ਪਹਿਲੀ ਗੱਲ ਤਾਂ ਮੇਰੇ ਕੋਈ ਆਏਗਾ ਤਾਂ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਾਂਗਾ, ਮੈਂ ਕੋਈ ਗੱਲ ਵੀ ਪਰਦੇ 'ਚ ਨਹੀਂ ਰੱਖਾਂਗਾ। ਛੋਟੀਪੁਰ ਜੀ, ਇੱਕ ਚੀਜ਼ ਕਲੀਅਰ ਕਰਨਾ ਚਾਹਾਂਗੇ ਕਿ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਤੋਂ LOP ਪਦ ਤੋਂ ਹਟਾਇਆ ਤਾਂ ਉਸ ਤੋਂ ਬਾਅਦ ਵੱਖਰੇ ਜਿਸ ਤਰੀਕੇ ਨਾਲ ਉਹ ਬਾਗੀ ਤੇਵਰ ਦਿਖਾਏ ਨੇ, ਕਿ ਸੁਖਪਾਲ ਸਿੰਘ ਖਹਿਰਾ ਆਪਣੀ ਕੋਈ ਰਾਜਨੀਤੀ ਰੋਟੀ ਸੇਕਣ ਦੀ ਕੋਸ਼ਿਸ਼ ਕਰ ਰਿਹਾ ਕਿ ਆਪਣੇ ਲਈ ਪਦ ਲੈਣ ਦੀ ਕੋਸ਼ਿਸ਼ ਕਰ ਰਹੇ ਹੈ, ਇਸ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ? ਇਹ ਤਾਂ ਖਹਿਰਾ ਸਾਹਿਬ ਦੱਸ ਸਕਦੇ, ਮੈਂ ਕਿਸੇ ਬਾਰੇ ਕਦੀ ਨੈਗੇਟਿਵ ਨਹੀਂ ਕੁਛ ਵੀ ਕਹਿੰਦਾ, ਉਹਨਾਂ ਦੀ ਆਪਣੀ ਸੋਚ ਆ, ਮੈਂ ਜੀ ਆਪਣੀ ਸੋਚ। ਅਸੀਂ ਆਪਣੇ ਇਸ਼ੂ 'ਤੇ ਅੱਡ ਹੋਏ ਸੀ ਕਿਉਂਕਿ ਕਹਿੰਦੇ ਸੀ ਵੀ ਕ੍ਰਿਮੀਨਲ ਕਰਪਟ ਅਤੇ ਕਰੈਕਟਰ, ਤੁਹਾਡੇ ਉੱਤੇ ਜਿਹੜੇ ਐਲੀਗੇਸ਼ਨ ਲਗਾਏ ਗਏ ਸੀ ਕਿ ਤੁਹਾਡੀ ਇੱਕ CD ਆਈ, ਉਹ ਅੱਜ ਤੱਕ CD ਕਦੀ ਸਾਹਮਣੇ ਨਹੀਂ ਆਈ। ਮੰਗ ਰਿਹਾ ਮੈਂ ਉਹਨਾਂ ਕੋਲ, ਕਹਿ ਰਿਹਾ ਵੀ ਪਹਿਲਾਂ ਤਾਂ ਉਹ ਕਲੀਅਰ ਕਰੋ ਨਾ ਵੀ ਉਹ ਕੀ ਸੀ। ਹਾਂਜੀ, ਉਹਦੇ 'ਤੇ ਸਾਰਾ ਕੁਝ ਦੱਸੋ, ਜੇ ਗਲਤ ਸੀ ਤਾਂ ਫਿਰ ਉਹਦੇ 'ਤੇ ਆਪਣੇ ਗਲਤੀ ਦਾ ਅਹਿਸਾਸ ਕਰੋ, ਅਗਲੀ ਗੱਲ ਤਾਂ ਸ਼ੁਰੂ ਹੋਊਗੀ। ਜੇ ਉੱਥੇ ਗਲਤੀ ਦਾ ਅਹਿਸਾਸ ਨਹੀਂ ਕਰਨਗੇ, ਮੇਰੀ ਗੱਲ ਨਹੀਂ ਸ਼ੁਰੂ ਹੋਊਗੀ। ਅਤੇ ਹੁਣ ਆਖਰੀ ਸਵਾਲ ਤੁਹਾਡੇ ਤੋਂ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਅਸੀਂ ਕਿੰਨੀ ਛੇਤੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਦੇਖ ਸਕਦੇ?
ਪਿਛਲੀ ਵਾਰੀ ਵੀ ਜਦੋਂ ਮੇਰੇ ਕੋਲ ਆਏ ਸੀ ਮੈਂ ਤੁਹਾਡੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ, ਕੋਈ ਗੱਲ ਵੀ ਮੈਂ ਪਰਦੇ 'ਚ ਨਹੀਂ ਰੱਖਾਂਗਾ, ਹਾਲੀ ਤੱਕ ਕੋਈ ਇਹੋ ਜਿਹੀ ਗੱਲ ਨਹੀਂ। ਧੰਨਵਾਦ ਜੀ ਸਰ। ਓਕੇ ਜੀ। ਬਿਲਕੁਲ, ਇਹ ਸੀਗੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਿ ਸਾਫ ਦੱਸ ਰਹੇ ਨੇ ਕਿ ਪਾਰਟੀ ਦੇ ਵਿੱਚ ਜਿਸ ਸਿੱਕੇ ਦੀ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਨਾਲ ਵੀ ਪਹਿਲਾਂ ਸੰਪਰਕ ਕੀਤਾ ਗਿਆ ਸੀ, ਹਾਲਾਂਕਿ ਉਸ ਤੋਂ ਬਾਅਦ ਕਦੀ ਕਿਸੇ ਆਗੂ ਵੱਲੋਂ ਸੰਪਰਕ ਨਹੀਂ ਕੀਤਾ ਗਿਆ। ਤਾਂ ਇਹਨਾਂ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਖੁਦ ਮੁਖਤਿਆਰੀ ਦੀ ਸ਼ਰਤ ਲਗਾਤਾਰ ਬਰਕਰਾਰ ਹੈ, ਤਾਂ ਉਸੀ ਸ਼ਰਤ ਨੂੰ ਲੈ ਕੇ ਹੀ ਇਹ ਪਾਰਟੀ ਅਗਰ ਇਹਨਾਂ ਨੂੰ ਲੈਂਦੀ ਤਾਂ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ, ਅਤੇ ਨਾਲ ਨਾਲ ਜਿਹੜੇ ਫੈਸਲੇ ਇਹ ਪੰਜਾਬ ਨੇ ਲੈਣੇ ਚਾਹੀਦੇ ਉਹ ਪੰਜਾਬ ਹੀ ਲਵੇ, ਤਾਂ ਹੀ ਇਹਨਾਂ ਦੀ ਜਿਹੜੀ ਮੰਗ ਉਹ ਪੂਰੀ ਹੋਏਗੀ, ਅਤੇ ਇਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।